ਆਪਾਂ ਇਹ ਡਿਜੀਟਲ ਜ਼ਮਾਨਾ ਇੱਦਾਂ ਦਾ ਹੈ ਕਿ ਟੈਕਨੋਲੋਜੀ ਹਰ ਵਾਰ ਹਰ ਸਾਲ ਇਹ ਚੇਂਜ ਹੋਣੀ ਹੀ ਹੋਣੀ ਹੈ। ਪਰ ਇਹਦੇ ਲਈ ਤੁਸੀਂ ਇੱਕ ਬੋਡੀ, ਕੈਮਰੇ ਦੀ ਬੋਡੀ, ਜੋ ਕਿ ਤੁਸੀਂ ਇੱਕ ਵਾਰ ਇਨਵੈਸਟਮੈਂਟ ਕਰਨੀ ਹੈ, ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਕੈਮਰੇ ਦੀ ਬੋਡੀ ਹੈ ਉਹ ਤੁਸੀਂ ਥੋੜ੍ਹਾ ਦੇਖਭਾਲ ਕੇ, ਥੋੜ੍ਹੇ ਸਿਆਣੇ ਬੰਦਿਆਂ ਨਾਲ ਡਿਸਕਸ ਕਰਕੇ, ਪ੍ਰੋਫੈਸ਼ਨਲਸ ਨਾਲ ਤਾਂ ਖਰੀਦੋ। ਅਤੇ ਇਹਦੇ 'ਚ ਕੀ ਹੈ ਕਿ ਦੋ ਚੀਜ਼ਾਂ ਨਾਲ ਕੈਮਰਾ ਕੰਪਲੀਟ ਹੁੰਦਾ ਹੈ, ਇੱਕ ਤਾਂ ਲੈਂਸ, ਇੱਕ ਹੋ ਗਿਆ ਜਿਹਦੇ 'ਤੇ ਲੈਂਸ ਨੇ ਫਿਕਸ ਹੋਣਾ, ਉਹਨੂੰ ਕਹਿੰਦੇ ਹਾਂ ਆਪਾਂ ਕੈਮਰੇ ਦੀ ਬੋਡੀ। ਇਹ ਬੋਡੀ ਬਹੁਤ ਜ਼ਰੂਰੀ ਹੈ ਜੀ। ਬੋਡੀ ਤੁਸੀਂ ਇਹ ਈਜ਼ੀਲੀ ਅਵੇਲੇਬਲ ਕਰਾ ਸਕਦੇ ਹੋ ਚੰਡੀਗੜ੍ਹ ਤੋਂ ਜਾਂ ਦਿੱਲੀ ਦੀ ਮਾਰਕੀਟ ਤੋਂ, ਜਾਂ ਤੁਸੀਂ ਇਹਨੂੰ ਇੰਟਰਨੈਟ ਤੋਂ ਅਵੇਲੇਬਲ ਕਰਾ ਸਕਦੇ ਹੋ ਔਨਲਾਈਨ ਆਰਡਰ ਦੇ ਕੇ, ਬੰਦਾ ਤੁਹਾਡੇ ਘਰ ਸਮਾਨ ਪਹੁੰਚਾ ਦੂਗਾ। ਪਰ ਸਾਡੀ ਰਾਏ ਇਹ ਹੈ ਕਿ ਤੁਸੀਂ ਇੱਕ ਸ਼ੋਪ ਤੋਂ ਜਾ ਕੇ ਆਪਣੀ ਇਕਵਿਪਮੈਂਟ ਨੂੰ ਖਰੀਦੋ। ਮਾਰਕੀਟ 'ਚ ਤੁਹਾਨੂੰ ਬਹੁਤ ਤਰ੍ਹਾਂ ਦੇ ਕੈਮਰੇ ਮਿਲਣਗੇ, ਵੱਖ ਵੱਖ ਕੰਪਨੀਆਂ ਨੇ, ਪਰ ਅਜਿਹੀਆਂ ਕੰਪਨੀਆਂ ਵੀ ਨੇ ਜਿਹੜੀਆਂ ਪੁਰਾਣੀਆਂ, ਉਹ ਬਹੁਤ ਹੀ ਪ੍ਰੋਫੈਸ਼ਨਲ ਕੈਮਰੇ ਬਣਾਉਂਦੀਆਂ ਨੇ ਸਟਿਲ ਫੋਟੋਗ੍ਰਾਫੀ ਲਈ। ਅਜਿਹੀਆਂ ਕੰਪਨੀਆਂ ਨੇ ਜੋ ਕਿ ਬਹੁਤ ਹੀ ਪ੍ਰੋਫੈਸ਼ਨਲ ਕੈਮਰੇ ਬਣਾਉਂਦੀਆਂ ਨੇ ਲੌਂਗ ਲਾਈਫ ਲਈ, ਸਟਿਲ ਫੋਟੋਗ੍ਰਾਫੀ ਲਈ। ਉਹ ਹੈਗੀਆਂ ਨੇ ਨਾਈਕਨ ਅਤੇ ਕੈਨਨ, ਇਹ ਵਰਲਡ ਫੇਮਸ ਕੰਪਨੀਆਂ ਨੇ। ਤੁਸੀਂ ਦੇਖਿਆ ਹੋਵੇਗਾ ਕਿ ਸਟਿਲ ਫੋਟੋਗ੍ਰਾਫੀ ਲਈ ਇਹ ਸਭ ਤੋਂ ਵਧੀਆ ਕੰਪਨੀਆਂ ਨੇ ਜਿਹਦੇ ਨਾਲ ਆਪਾਂ ਬਹੁਤ ਵਧੀਆ ਕੰਮ ਕਰ ਸਕਦੇ ਹਾਂ। ਦੂਜੇ ਪਾਸੇ ਜੇ ਆਪਾਂ ਦੇਖੀਏ ਵੀਡੀਓ ਪ੍ਰੋਡਕਸ਼ਨ ਲਈ, ਹੋਰ ਵੀ ਜਪਾਨੀ ਕੰਪਨੀਆਂ, ਚਾਈਨੀਜ਼ ਕੰਪਨੀਆਂ ਕਾਫੀ ਨੇ ਮਾਰਕੀਟ 'ਚ, ਜਿਹੜੀਆਂ ਕਿ ਬਹੁਤ ਹੀ ਅੱਛੇ ਕੈਮਰੇ, ਉਹਨਾਂ ਦੇ ਲੈਂਸ, ਉਹਨਾਂ ਦੀ ਲਾਈਟਿੰਗ ਇਕਵਿਪਮੈਂਟ, ਅਸੈਸਰੀਜ਼ ਬਣਾਉਂਦੀਆਂ ਨੇ, ਜਿੱਦਾਂ ਕਿ ਸੋਨੀ ਹੋ ਗਿਆ, ਪੈਨਾਸੋਨਿਕ ਹੋ ਗਿਆ, ਠੀਕ ਹੈ ਜੀ, ਹੋਰ ਤੋਸ਼ੀਬਾ ਹੋ ਗਿਆ, ਇਹ ਕਾਫੀ ਕੰਪਨੀਆਂ ਦੇ ਤੁਹਾਨੂੰ ਕੈਮਰੇ ਅਵੇਲੇਬਲ ਹੋਣਗੇ, ਨਾਲ ਉਹਨਾਂ ਦੀ ਅਸੈਸਰੀਜ਼ ਵੀ। ਪਰ ਸਾਡੀ ਸਲਾਹ ਇਹ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਬੰਦੇ ਦੀ ਰਾਏ ਲਿੱਤੇ ਬਿਨਾਂ ਆਪਣਾ ਇਕਵਿਪਮੈਂਟ ਨਾ ਖਰੀਦੋ। ਚਾਰ ਜਗ੍ਹਾ ਤੁਸੀਂ ਆਪਣੇ ਕੈਮਰੇ ਦੀ ਕੋਸਟ ਪੁੱਛ ਕੇ ਤਾਂ ਜਾ ਕੇ ਆਪਣਾ ਫਾਈਨਲ ਡਿਸੀਜਨ ਖਰੀਦਣ ਦਾ ਲਿਓ। ਅੱਜ ਕੱਲ੍ਹ ਲੇਟੈਸਟ ਐਚ ਡੀ ਟੈਕਨੋਲੋਜੀ ਮਾਰਕੀਟ ਦੇ ਵਿੱਚ ਚੱਲ ਰਹੀ ਹੈ। ਐਚ ਡੀ ਹੁੰਦਾ ਜੀ ਹਾਈ ਡੈਫੀਨੇਸ਼ਨ। ਐਚ ਡੀ ਕੈਮਰੇ ਨੂੰ ਯੂਜ਼ ਕਰਕੇ ਫੋਟੋਗ੍ਰਾਫੀ ਕਰਦੇ ਹੋ ਤਾਂ ਉਹਦੀ ਕੁਆਲਿਟੀ ਹੈ ਜੋ, ਉਹਦੇ ਮੁਕਾਬਲਾ ਨਹੀਂ ਉਹਦਾ ਕੋਈ, ਉਹਦੀ ਕੁਆਲਿਟੀ ਦਾ। ਉਹਦੇ 'ਚ ਤੁਹਾਨੂੰ ਇੱਕ ਇੱਕ ਚੀਜ਼ ਸ਼ਾਰਪ ਦਿਖੂਗੀ, ਉਹਦੇ ਰੰਗ ਵਧੀਆ ਆਉਣਗੇ ਜਿਹੜੇ ਅੱਖਾਂ ਨੂੰ ਬਹੁਤ ਵਧੀਆ ਲੱਗਣਗੇ, ਉਹਦੀ ਤੁਸੀਂ ਵੱਡੀ ਇਨਲਾਰਜਮੈਂਟ ਕਰ ਸਕਦੇ ਹੋ, ਜਾਂ ਪ੍ਰੋਜੈਕਟ ਕਰਨਾ ਤੁਸੀਂ ਕਿਤੇ। ਹਾਈ ਡੈਫੀਨੇਸ਼ਨ ਕੈਮਰਿਆਂ ਦਾ ਵਾਕਈ ਇਹ ਬਹੁਤ ਵਧੀਆ ਰੋਲ ਹੈ ਅੱਜ ਕੱਲ੍ਹ ਦੀ ਮਾਰਕੀਟ 'ਚ, ਕਿ ਆਪਾਂ ਸਿਨੇਮਾ ਦੇ ਵਿੱਚ, ਟੀ ਵੀ ਦੇ ਵਿੱਚ, ਵੈਡਿੰਗ ਫੋਟੋਗ੍ਰਾਫੀ ਵਿੱਚ, ਇੰਡਸਟਰੀਅਲ ਫੋਟੋਗ੍ਰਾਫੀ 'ਚ, ਸਭ ਜਗ੍ਹਾ ਹਾਈ ਡੈਫੀਨੇਸ਼ਨ ਕੈਮਰਿਆਂ ਦੀ ਵਰਤੋਂ ਕਰ ਰਹੇ ਹਾਂ। ਤੁਹਾਨੂੰ ਆ ਮਾਰਕੀਟ 'ਚ ਚੀਜ਼ ਅਵੇਲੇਬਲ ਕਿੱਥੋਂ ਹੋਊਗੀ, ਨੇੜੇ ਨੇੜੇ ਵਾਲੀਆਂ ਤੁਹਾਡੇ ਕਿਹੜੇ ਸ਼ਹਿਰ ਨੇ ਇੱਦਾਂ ਦੇ ਜਿੱਥੇ ਕਿ ਇਹ ਪ੍ਰੋਡਕਟ ਅਵੇਲੇਬਲ ਨੇ, ਕੈਮਰਾ ਇਕਵਿਪਮੈਂਟ, ਉਹਦੀ ਅਸੈਸਰੀਜ਼, ਲਾਈਟਾਂ, ਬੈਕਗਰਾਊਂਡ, ਉਹਦੇ ਸੌਫਟਵੇਅਰ, ਇਹ ਬਹੁਤ ਜ਼ਰੂਰੀ ਹੈ ਜੀ। ਦੇਖੋ ਚੰਡੀਗੜ੍ਹ ਇੱਕ ਅਜਿਹੋ ਜਿਹੀ ਮਾਰਕੀਟ ਹੈ, ਪੰਜਾਬ 'ਚ ਬਹੁਤ ਹੀ ਮਸ਼ਹੂਰ ਹੈ, ਚੰਡੀਗੜ੍ਹ ਤੋਂ ਆਪਾਂ ਸਮਾਨ ਲੈਣਾ ਜੋ ਕਿ ਕੁਝ ਈਜ਼ੀਲੀ ਅਵੇਲੇਬਲ ਹੈ, ਕੁਝ ਜ਼ਿਆਦਾ ਦੂਰੀ 'ਤੇ ਨਹੀਂ ਹੈ। ਚੰਡੀਗੜ੍ਹੋਂ ਤੁਸੀਂ ਆਪਣਾ ਸਮਾਨ ਖਰੀਦ ਕੇ ਕਿਸੇ ਪੇਂਡੂ ਏਰੀਏ 'ਚ ਤੁਸੀਂ ਆਪਣਾ ਸਟੂਡੀਓ ਸੈਟਅਪ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇ ਤੁਸੀਂ ਆਪ ਕੰਪਨੀਜ਼ ਦੇ ਪ੍ਰੋਡਕਟ ਖਰੀਦਦੇ ਹੋ ਤਾਂ ਇਹਦੇ ਵਿੱਚ ਕੀ ਹੈ, ਕੰਪਨੀਆਂ ਦੇ ਸਰਵਿਸ ਸੈਂਟਰ ਨੇ ਜੋ ਕਿ ਚੰਡੀਗੜ੍ਹ ਅਤੇ ਦਿੱਲੀ 'ਚ ਤੁਹਾਨੂੰ ਬੜੇ ਆਸਾਨੀ ਨਾਲ ਅਵੇਲੇਬਲ ਹੋ ਜਾਣਗੇ, ਔਰ ਜਿਨ੍ਹਾਂ ਦਾ ਐਡਰੈਸ ਤੁਸੀਂ ਇੰਟਰਨੈਟ ਤੋਂ ਪ੍ਰਾਪਤ ਕਰ ਸਕਦੇ ਹੋ, ਠੀਕ ਹੈ ਜੀ।